ਬ੍ਰੇਕ ਤੋਂ ਬਾਅਦ ਤੁਹਾਡਾ ਮੋਰ ਸਵਾਗਤ ਹੈ ਜੀ। ਪ੍ਰੋਗਰਾਮ ਚਲੰਤ ਮਸਲੇ 'ਚ ਗੱਲ ਕਰ ਰਹੇ ਹਾਂ ਦਿੱਲੀ ਦੇ ਵਿੱਚ ਜੋ ਵਾਪਰਿਆ ਆ। ਮਤਲਬ ਮੈਂ ਤੈਨੂੰ ਇਹ ਨਹੀਂ ਕਹੂੰਗਾ ਕਿ ਇਹ ਮਨੁੱਖਤਾ ਦਾ ਕੋਈ ਰੂਪ ਹੈ, ਇਹ ਤਾਂ ਇੱਕ ਤਰ੍ਹਾਂ ਨਾਲ ਜੇ ਕਹਿ ਲਈਏ ਤਾਂ ਅਣਮਨੁੱਖੀ ਹੈ। ਜਿਵੇਂ ਅਸੀਂ 21ਵੀਂ ਸਦੀ ਦੀਆਂ ਬੜੇ ਅਸੀਂ ਦਾਅਵੇ ਕਰਦੇ ਹਾਂ, ਅਸੀਂ ਹਿੰਦੁਸਤਾਨ ਨੂੰ ਲੋਕਾਂ ਦਾ ਜਿਹੜਾ ਹੈਗਾ, ਅਸੀਂ ਬਾਕੀ ਦੇਸ਼ਾਂ ਦਾ ਜਿਹੜਾ ਹੈਗਾ ਅਸੀਂ ਗੁਰੂ ਬਣਾਉਣ ਦਾ ਦੇ ਦਾਅਵੇ ਕਰਦੇ ਹਾਂ। ਭਾਰਤੀ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਰਦੀ, ਪ੍ਰਧਾਨ ਮੰਤਰੀ ਕਰਦੇ ਨੇ, ਔਰ ਇਹ ਦਾਅਵੇ ਕਰਦੇ ਆ ਕਿ ਭਾਰਤ ਹੈ ਇਸ ਵੇਲੇ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਅਗਾਂਹ ਵਧੂ ਦੇਸ਼ ਆ, ਔਰ ਅਗਾਂਹ ਵਧੂ ਸੋਚ ਆ ਭਾਰਤ ਦੇ ਕੋਲ। ਪਰ ਇਹ ਜਿਹੜੀ ਸੋਚ ਆ, ਇਸ ਤੋਂ ਤੁਸੀਂ ਪਿਛਾਂ ਖਿੱਚੂ ਸੋਚ ਹੋਰ ਕਿਹੜੀ ਵੇਖ ਸਕਦੇ ਹੋ ਕਿ ਤੁਹਾਡੇ ਅੰਦਰ ਮਨੁੱਖਤਾ ਦੀ ਕੋਈ ਚੀਜ਼ ਨਹੀਂ। ਤੁਸੀਂ ਉੱਠਦੇ ਹੋ ਔਰ ਬੇਗੁਨਾਹ ਲੋਕਾਂ ਦੇ ਤੁਸੀਂ ਘਾਣ ਕਰਦੇ ਹੋ, ਉਹਨਾਂ ਦੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਕਰਦੇ ਹੋ ਜੋ ਸਾਡੇ ਕੋਲ ਦੇਖੇ ਨਹੀਂ ਜਾ ਸਕਦੇ। CAA ਦੇ ਖਿਲਾਫ ਵਿਰੋਧ, ਇਹ ਇੱਕ ਡੈਮੋਕ੍ਰੇਟਿਕ ਅਧਿਕਾਰ ਹੈ ਔਰ ਉਹ ਕਰ ਸਕਦੇ ਹੈ, ਉਹਦਾ ਤੁਸੀਂ ਇਹ ਉਹਨਾਂ ਨੂੰ ਡਰਾਓਗੇ, ਉਹਨਾਂ ਦੇ ਪਰਿਵਾਰ ਮਾਰ ਕੇ, ਉਹਨਾਂ ਦੇ ਬੱਚੇ ਮਾਰ ਕੇ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਮਾਰ ਕੇ ਤੁਸੀਂ ਡਰਾਓਗੇ ਕਿ ਤੁਸੀਂ ਵਿਰੋਧ ਨਹੀਂ ਕਰ ਸਕਦੇ, ਤਾਂ ਇਸ ਤੋਂ ਬਾਅਦ ਸ਼ਰਮਨਾਕ ਕੀ ਹੋ ਸਕਦਾ। ਸੰਘੇੜਾ ਸਾਹਿਬ ਤੁਹਾਡੀ ਸਰਕਾਰ ਹੈ ਦਿੱਲੀ ਦੇ ਵਿੱਚ, ਔਰ ਤੁਹਾਡੀ ਸਰਕਾਰ ਕੋਲ ਬੇਸ਼ੱਕ ਉੱਥੋਂ ਦੀ ਪੁਲਿਸ ਨਹੀਂ ਹੈ, ਮੈਂ ਮੰਨਦਾ ਹਾਂ। ਤੁਸੀਂ ਤੁਹਾਡੇ ਵੀ ਹੱਥ ਕਿਤੇ ਨਾ ਕਿਤੇ ਬੰਨੇ ਹੋਏ ਆ, ਸ਼ਾਇਦ ਜੇ ਤੁਹਾਡੀ ਸਰਕਾਰ ਕੋਲ ਪੁਲਿਸ ਹੁੰਦੀ ਤਾਂ ਇਹ ਵਾਪਰਦਾ ਨਾ ਸਾਰਾ ਕੁਛ। ਪਰ ਇੱਕ ਗੱਲ ਜਵਾਬਦੇਹੀ ਬਣਦੀ ਹੈ ਤੁਹਾਡੀ ਸਰਕਾਰ ਦੀ ਵੀ, ਤੁਹਾਡੇ ਮੁੱਖ ਮੰਤਰੀ ਦੀ ਵੀ ਬਣਦੀ ਹੈ, ਔਰ ਸਾਰਾ ਮੀਡੀਆ ਪੁੱਛ ਵੀ ਰਿਹਾ ਮੁੱਖ ਮੰਤਰੀ ਤੋਂ ਕਿ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਮੁੱਖ ਮੰਤਰੀ ਅੰਦਰ ਬੈਠੇ ਖਾਮੋਸ਼ ਕਿਉਂ ਸੀ? ਨਾ ਤਾਂ ਮੁੱਖ ਮੰਤਰੀ ਅੰਦਰ ਬੈਠੇ ਸੀ, ਨਾ ਮੁੱਖ ਮੰਤਰੀ ਖਾਮੋਸ਼ ਸੀਗੇ। ਪਹਿਲੀ ਗੱਲ ਤਾਂ ਇਹ ਹੈ ਵੀ ਉਹਨਾਂ ਨੇ ਕੀ ਅਜਿਹਾ ਮੈਂ ਦੱਸਦਾ, ਕਿਸੇ ਨੇ ਉੱਥੇ ਉਹਨਾਂ ਨੇ ਮਤਲਬ ਜੋ ਸਾਰਾ ਕੁਝ ਘਟਨਾਕ੍ਰਮ ਹੋਇਆ ਉਹਦੇ ਬਾਰੇ ਪਹਿਲਾਂ ਮੈਂ ਚੰਦ ਲਫ਼ਜ਼ ਕਹਿਣੇ ਚਾਹੂੰਗਾ। ਜ਼ਰੂਰ ਕਹੋ। ਜਿਸ ਤਰ੍ਹਾਂ ਭੱਟੀ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਪੁਲਿਸ ਵਾਲੇ ਦੋਸ਼ੀ ਨੇ ਜੀ, ਇਹਨਾਂ ਦੇ ਬੰਦੇ ਡਿਸਮਿਸ ਕਰਨੇ ਚਾਹੀਦੇ ਸੀ, ਜੇ ਪਹਿਲਾਂ ਪੁਲਿਸ 'ਤੇ ਕਾਰਵਾਈ ਹੁੰਦੀ ਤਾਂ ਅੱਜ ਨਾ ਹੁੰਦਾ। ਜੀ ਜੀ ਬਿਲਕੁਲ। ਇਹ ਆਪਾਂ ਇੱਕ ਸਟੈਪ ਭੱਟੀ ਸਾਹਿਬ ਥੱਲੇ ਆ ਗਏ ਹਾਂ, ਉਸ ਵੇਲੇ ਵੀ ਉੱਪਰੋਂ ਹੁਕਮ ਸੀਗੇ, ਉੱਪਰੋਂ ਮੈਨੇਜ ਕੀਤਾ ਗਿਆ ਸੀਗਾ, ਸਿਆਸਤ ਇਹਦੇ ਪਿੱਛੇ ਸੀਗੀ। ਸਬਕ ਸਿਖਾਉਣ ਲਈ ਇੱਕ ਕੌਮ ਨੂੰ ਇੱਕ ਤਰਫਾ ਕਤਲੇਆਮ ਪਲਾਨਿੰਗ ਨਾਲ ਕੀਤਾ ਸੀ। 3 ਦਿਨ ਲਗਾਤਾਰ ਮੌਤ ਦਾ ਤਾਂਡਵ ਰਚਿਆ ਜਾਂਦਾ ਰਿਹਾ ਦਿੱਲੀ ਦੀਆਂ ਸੜਕਾਂ 'ਤੇ। ਉਹ ਮੈਂ ਹੁਣ ਦੁਬਾਰਾ ਨਹੀਂ ਗੱਲ ਕਰਨਾ ਚਾਹੁੰਦਾ, ਮੁੜ ਕੇ 2 ਦਿਨ ਨੀਂਦ ਨਹੀਂ ਆਉਂਦੀ ਸਾਰਾ ਕੁਝ ਯਾਦ ਆ ਜਾਂਦਾ। ਮੈਂ ਉਹੀ ਕਹਿ ਰਿਹਾ ਜੀ, ਇਹ ਮਤਲਬ ਉਹ ਤਾਂ ਬਹੁਤ ਭਿਆਨਕ ਸੀਗਾ। ਇੱਕ ਜਿਹੜੀ ਇੱਕ ਕੌਮ ਹੈ, ਸਿੱਖ ਕੌਮ ਹੈ, ਜਿਹੜੀ ਕਿ ਮੈਂ ਤਾਂ ਇਹ ਕਿਵੇਂ ਵੀ ਕਹੂੰਗਾ ਕਿ ਲੇਟੈਸਟ ਰਿਲੀਜਨ ਹੈ, ਲੇਟੈਸਟ ਵਿਚਾਰਧਾਰਾ, ਸੈਂਟੀਫਿਕ ਵਿਚਾਰਧਾਰਾ, ਜਿਹੜੇ ਕਿਸੇ ਦੇ ਕਟਾਪਾ ਚੜ੍ਹਦਾ ਹੋਵੇ, ਕਤਲੇਆਮ ਹੁੰਦਾ ਹੋਵੇ, ਤਾਂ ਪੀੜਤਾਂ ਦੀ ਮਦਦ ਕਰਨ ਲਈ ਹਮੇਸ਼ਾ ਹੀ ਪਹੁੰਚ ਜਾਂਦੇ ਆ। ਨਹੀਂ ਤਾਂ ਬਹੁਤ ਲੋਕ ਨੇ ਜਿਹੜੇ ਤਾੜੀ ਮਾਰਦੇ ਆ ਨਾਲ, ਮਤਲਬ ਤਮਾਸ਼ਾ ਦੇਖਦੇ ਆ, ਹੋਰ ਕਰਦੇ। ਮੈਂ ਸਿੱਖ ਨੂੰ ਕਦੀ ਤਮਾਸ਼ਾ ਦੇਖਦੇ ਨਹੀਂ ਦੇਖਿਆ। ਉਹ ਰੈਸਕਿਊ 'ਤੇ ਆਉਂਦਾ ਆ ਔਰ ਬਾਅਦ 'ਚ ਵੀ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਕਿ ਗੱਲ ਟਲ ਜਾਵੇ ਕਿਸੇ ਤਰ੍ਹਾਂ, ਆਪਣੀ ਜਾਨ ਨੂੰ ਵੀ ਜੋਖਮ 'ਚ ਪਾ ਕੇ। ਉਹਨਾਂ ਉਸ ਕੌਮ ਨਾਲ ਇਹ ਹੋਇਆ ਸੀਗਾ। ਹੁਣ ਆਪਾਂ ਮੌਜੂਦਾ ਦੀ ਗੱਲ 'ਤੇ ਆ ਜਾਈਏ, ਇਹਦੇ ਵਿੱਚ ਵੀ ਜਿਹੜੀ ਕੜੀ ਜੁੜਦੀ ਹੈ ਨਾ, ਅਮਰਿੰਦਰ ਜੀ ਨੇ ਬਹੁਤ ਵਧੀਆ ਕਿਹਾ, ਭੱਟੀ ਸਾਹਿਬ ਨੇ ਵੀ ਬਾਕੀ ਸਾਰੇ ਗੱਲਾਂ ਬਹੁਤ ਕਹੀਆਂ, ਕਿਉਂਕਿ ਇਹ ਸਿਆਸਤ ਕਰਨ ਵਾਲਾ ਮਸਲਾ ਨਹੀਂ ਹੈ। ਮੈਂ ਜੇ ਇੱਥੇ ਬੈਠਾ ਵੀ ਹਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਕੋਈ ਪ੍ਰਚਾਰ ਕਰਨ ਲਈ ਜਾਂ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਨਹੀਂ, ਅਸੀਂ ਤੁਹਾਨੂੰ ਵਿਦਵਾਨ ਦੇ ਤੌਰ ਤੇ ਵੀ ਤੁਸੀਂ ਪਹਿਲੇ ਕਲੀਅਰ ਕਰਤਾ ਆ ਜੋ ਉੱਥੇ ਹੋਇਆ ਆ। ਦੇਖੋ, ਇਲੈਕਸ਼ਨ ਤੱਕ ਆਪਾਂ ਸਾਰੇ ਸੋਚਦੇ ਸੀ, ਅਸੀਂ ਵੀ ਅੰਦਰੋਂ ਡਰੇ ਹੋਏ ਸੀਗੇ ਕਿ ਇਹ ਕੋਈ ਕਾਰਾ ਨਾ ਕਰਾ ਦੇਣ, ਇਹ ਕੋਈ ਕੌਣ, ਅਨਫਾਰਚੂਨੇਟਲੀ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਨਾਲ ਸਾਡੇ ਨਾਲ ਰੋਜ਼ ਇਹਨਾਂ ਦੇ ਬੁਲਾਰੇ ਆਉਂਦੇ ਆ, ਰੋਜ਼ ਸਾਨੂੰ ਬਾਅਦ 'ਚ ਕਹਿੰਦੇ ਸੀ ਤੁਸੀਂ ਦੇਖਿਓ 11 ਤੱਕ ਦੇਖਿਓ ਕੀ ਹੁੰਦਾ, ਇਲੈਕਸ਼ਨ ਡੇ ਬਾਰੇ ਵੀ ਕਹਿੰਦੇ ਸੀ ਉਸ ਦਿਨ ਤੱਕ ਦੇਖਿਓ ਕੀ ਹੁੰਦਾ। ਸਾਨੂੰ ਸੀਗਾ ਕਿ ਇਹ, ਕਿਉਂਕਿ ਇਹ ਪਹਿਲਾਂ ਜੋ ਗੁਜਰਾਤ ਵਿੱਚ ਹੋਇਆ ਆ, ਇਹ ਗੁਜਰਾਤ ਮਾਡਲ ਰਿਪੀਟ ਕਰਨ ਦੀ ਗੱਲ ਕਰਦੇ ਆ ਨਾ, ਇਹਨਾਂ ਨੇ ਚੋਣਾਂ ਤੋਂ ਪਹਿਲਾਂ ਤਾਂ ਨਹੀਂ ਕੀਤਾ, ਇਹਨਾਂ ਦੀ ਕੋਈ ਥੋੜ੍ਹੀ ਜਿਹੀ ਅਰਥਮੈਟਿਕ ਇਸ ਤਰ੍ਹਾਂ ਦਾ ਬਣ ਗਿਆ ਸੀ, 40-45 ਆ ਜਾਣੇ ਆ। ਮੈਂ ਤੁਹਾਨੂੰ ਸੰਘੇੜਾ ਸਾਹਿਬ ਇੱਕ ਘਟਨਾ ਦਾ ਯਾਦ ਵੀ ਦਵਾਇਆ ਨਾ। ਹਾਂਜੀ ਹਾਂਜੀ। ਕਿ SP ਦੇ ਨਾਲ ਖੜਾ ਇੱਕ ਲੀਡਰ ਜਿਹੜਾ ਹੈਗਾ ਉਹ ਕੈਮਰਾ ਦੇ ਸਾਹਮਣੇ ਬੋਲ ਰਿਹਾ ਹੈ ਕਿ ਟਰੰਪ ਦੇ ਜਾਣ ਤੋਂ ਬਾਅਦ ਦੇਖੋ ਫਿਰ ਅਸੀਂ ਕਾਰਵਾਈ ਕਰਾਂਗੇ। ਹਾਂਜੀ, ਇਹਨੂੰ ਕਹਿੰਦੇ ਕਾਨੂੰਨ ਦੀ ਨਿਪੁੰਸਕਤਾ। ਪਰ ਉਹਨਾਂ ਨੇ ਜਦੋਂ ਤੁਸੀਂ ਕਾਨੂੰਨ ਦੀ ਅਥਾਰਟੀ ਨਹੀਂ ਰਹਿਣ ਦਿੱਤੀ, ਲਾਅ ਦੀ ਅਥਾਰਟੀ ਨਹੀਂ ਰਹਿਣ ਦਿੱਤੀ, ਲਾਅ ਤਾਂ ਉਹਨਾਂ ਨੇ ਹੱਥ 'ਚ ਲੈ ਲਿਆ ਪੋਲੀਟੀਸ਼ੀਅਨਸ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਲਾਅ ਜਿਹੜਾ ਆ, ਲਾਅ ਪੋਲੀਟੀਸ਼ੀਅਨ ਬਣਾਉਂਦਾ ਆ ਅਤੇ ਪੁਲਿਸ ਰਾਹੀਂ ਜਾਂ ਬਾਕੀ ਸਿਵਲ ਆਫਿਸਰ ਰਾਹੀਂ ਉਹਦੀ ਇਨਫੋਰਸਮੈਂਟ ਹੁੰਦੀ ਆ, ਉਹ ਗੱਲ ਖਤਮ ਹੋ ਗਈ। ਉੱਪਰਲੇ ਲੈਵਲ 'ਤੇ ਪਲਾਨਿੰਗ ਹੋਈ ਆ, ਜੋ ਵੀ ਉੱਥੇ ਹੁਣ 3 ਦਿਨ ਹੋਇਆ ਆ ਲਗਾਤਾਰ, ਪੁਲਿਸ ਜਾਂ ਤਾਂ ਮੂਕ ਦਰਸ਼ਕ ਰਹੀ ਆ ਜਾਂ ਐਬਸੈਂਟ ਰਹੀ ਆ, ਔਰ ਭੀੜਾਂ ਆਈਆਂ ਜਿਹਨਾਂ 'ਤੇ ਵਿੱਚੋਂ ਬਾਕੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਬਾਹਰ ਆ ਜਾਣਗੀਆਂ ਜਿੰਨੀ ਕੁ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਆ।
ਉਹ ਪੂਰੇ ਪਲੈਨਡ ਤਰੀਕੇ ਨਾਲ ਦੇ ਵਰ ਵੈਰੀ ਕੌਨਫੀਡੈਂਟ ਤਲਾਸ਼ੀਆਂ ਲੈਣ ਤੱਕ ਕਿਸੇ ਇਹ ਨਹੀਂ ਹੈ ਵੀ ਇਮੀਜੀਏਟਲੀ ਜਿਹਨੂੰ ਮਾਰਨਾ ਸੀ ਇਮੀਜੀਏਟਲੀ ਵੀ ਮਾਰਿਆ ਗਿਆ ਗੋਲੀਆਂ ਵੀ ਚਲਾਈਆਂ ਗਈਆਂ ਤਲਾਸ਼ੀ ਲਈ ਉਹਨਾਂ ਦੇ ਕੋਲ ਅੰਗ ਦੇਖੇ ਲੈ ਕੇ ਈਵਨ ਫੋਨ ਚੈੱਕ ਕੀਤੇ ਜਾਂਦੇ ਰਹੇ ਜੇ ਕਿਸੇ ਦਾ ਇੱਕ ਰਹਿ ਗਿਆ ਤਾਂ ਅੱਗੇ ਫਿਰ ਫੋਨ ਕੀਤਾ ਗਿਆ ਵੀ ਨਹੀਂ ਇਸ ਮੋਟਰਸਾਈਕਲ ਨੂੰ ਦੁਬਾਰਾ ਲੈ ਕੇ ਫਿਰ ਦੁਬਾਰਾ ਤਲਾਸ਼ੀ ਲਓ ਤੁਹਾਡੇ ਗੁਪਤ ਨਹੀਂ ਲੱਗਦਾ ਗੁਪਤ ਅੰਗ ਚੈੱਕ ਕੀਤੇ ਗਏ ਬਿਲਕੁਲ ਬਿਲਕੁਲ ਦੇਖੋ ਮੁਸਲਮਾਨ ਹੈ ਜਾਂ ਹਿੰਦੂ ਹੈ ਦੇਖੋ ਪਟਸੇ ਵੇਖੋ ਇੱਕ ਮਿੰਟ ਮੈਨੂੰ ਗੱਲ ਕਰਨ ਦੇ ਸਾਡੇ ਮਤਲਬ ਉਹਦੇ ਵਿੱਚ ਦੇਖੋ ਇੰਨਾ ਅਨਫੋਰਚੁਨੇਟ ਆ ਪਹਿਲਾਂ ਤੁਸੀਂ ਮਦਨ ਦੀਪ ਜੀ ਪਹਿਲਾਂ ਤੁਸੀਂ ਸਾਰੀ ਸੰਖੇਪਤ ਦੱਸ ਹੀ ਦਿੱਤਾ ਜੋ ਕੁਛ ਹੈ ਦੈਟ ਇਜ਼ ਵੈਰੀ ਅਨਫੋਰਚੁਨੇਟ ਸੋ ਉਹਦੇ ਵਿੱਚ ਆਪਾਂ ਦੇਖੋ ਇੱਕ ਪਾਰਟੀ ਜਿਹੜੀ ਉੱਥੇ ਹੈਗੀ ਆ ਉਹਦੇ ਨਾਲ ਕਰ ਲਈਏ ਅਰਵਿੰਦ ਕੇਜਰੀਵਾਲ ਜੀ ਜੋ ਕੁਛ ਕਰਦੇ ਰਹੇ ਜਾਂ ਬਲੰਟਰੀ ਜੋ ਕੁਛ ਕਰਦੇ ਰਹੇ ਆ ਉਹ ਕਿਤੇ ਮਤਲਬ ਉਹਦੀ ਅਸਰ ਬਹੁਤਾ ਨਹੀਂ ਕਰ ਸਕੇ ਅਸਰ ਬਹੁਤਾ ਉਹਦਾ ਨਹੀਂ ਪਿਆ ਈਵਨ ਪੁਲਿਸ ਵਾਲੇ ਵੀ ਜਿਹੜੇ ਸੀਗੇ ਕਰਨਾ ਵੀ ਚਾਹੁੰਦੇ ਸੀ ਉਹ ਨਹੀਂ ਕੀਤਾ ਉਹਨਾਂ ਨੇ ਠੀਕ ਹੈ ਨਾ ਪਰ ਅਸੀਂ ਫਿਰ ਵੀ ਸ਼ਾਂਤੀ ਰਹਿਣ ਦੀਆਂ ਅਪੀਲਾਂ ਕੀਤੀਆਂ ਜਿੱਥੇ ਵੀ ਜਾ ਸਕਦੇ ਸੀ ਬਿਕੋਜ਼ ਐਵਰੀਥਿੰਗ ਵਾਜ਼ ਪਲੈਨਡ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਜਦੋਂ ਤੁਸੀਂ ਜਦੋਂ ਅਚਾਨਕ ਕਿਤੇ ਦੰਗੇ ਭੜਕੇ ਹੋਣ ਆਪਸ ਵਿੱਚ ਹੀ ਕਿਸੇ ਗੱਲ 'ਤੇ ਫਿਰਕੇ ਦੀ ਲੜਾਈ ਹੋ ਗਈ ਹੋਵੇ ਇਹਨਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਬਟ ਲੋਕ ਨਹੀਂ ਸੀ ਭੜਕੇ ਹੁਣ ਤਾਂ ਪਲਾਨਿੰਗ ਨਾਲ ਇੱਕ ਤਰ੍ਹਾਂ ਨਾਲ 3 ਦਿਨਾਂ ਦਾ ਹਮਲਾ ਕੀਤਾ ਗਿਆ ਮੈਂ ਇੱਕ ਗੱਲ ਹੈਰਾਨ ਆ ਨਹੀਂ ਦੇਖੋ ਤੁਸੀਂ ਹੈਰਾਨ ਹੋਵੋ ਚਾਹੇ ਪਰੇਸ਼ਾਨ ਹੋਵੋ ਆਪਾਂ ਅਰਵਿੰਦ ਕੇਜਰੀਵਾਲ ਦਾ ਵਿੱਚ ਨਾਲ ਲਿਆ ਕੇ ਨਾ ਸਾਰੇ ਮੁੱਦੇ ਨੂੰ ਟਵਿਸਟ ਕਰ ਦਿੰਨੇ ਆ ਸੰਗੇੜਾ ਜੀ ਸਾਡੀ ਕੋਈ ਸਾਜ਼ਿਸ਼ ਨਹੀਂ ਹੈਗੀ ਅਸੀਂ ਚਾਹੁੰਦੇ ਸੀ ਕਿ ਤੁਸੀਂ ਗੱਲ ਆਪਣੀ ਕਲੀਅਰ ਕਰੋ ਇਸ ਕਰਕੇ ਅਸੀਂ ਉਹਨਾਂ ਨਾਲ ਰਹੇ ਪਰ ਮੈਂ ਇਹ ਤੁਹਾਨੂੰ ਇੱਕ ਗੱਲ ਬਿਲਕੁਲ ਕਲੀਅਰ ਕਰ ਦਿਆਂ ਕਿ ਮੈਨੂੰ ਇਤਰਾਜ਼ ਹੈਗਾ ਕੇਜਰੀਵਾਲ ਤੇ ਇਹ ਜਦੋਂ ਕੇਜਰੀਵਾਲ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਲੈਫਟੀਨੈਂਟ ਜਨਰਲ ਉੱਥੋਂ ਦੇ ਜਿਹੜੇ ਹੈਗੇ ਗਵਰਨਰ ਹੈਗੇ ਆ ਉਹਨਾਂ ਨੂੰ ਬਿਠਾਇਆ ਵਿੱਚ ਉਹਦੇ ਅਮਿਤ ਸ਼ਾਹ ਬੈਠਿਆ ਜਿਹਦੇ 'ਚ ਅਮਿਤ ਸ਼ਾਹ ਹੱਸ ਰਹੇ ਆ ਮਤਲਬ ਮਾਮਲਾ ਇੰਨਾ ਗੰਭੀਰ ਆ ਲੋਕ ਮਰ ਰਹੇ ਆ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਉਹਨਾਂ ਦੇ ਘਰ ਸਾੜੇ ਜਾ ਰਹੇ ਉਹਨਾਂ ਦਾ ਕਾਰੋਬਾਰ ਤਬਾਹ ਕੀਤਾ ਜਾ ਰਿਹਾ ਅਤੇ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਹੱਸਦੇ ਨਜ਼ਰ ਆ ਰਹੇ ਆ ਔਰ ਉੱਥੇ ਕੇਜਰੀਵਾਲ ਜੀ ਨੂੰ ਬੁਲਾਇਆ ਉਹ ਵੀ ਬੈਠਿਆ ਕੇਜਰੀਵਾਲ ਜੀ ਨੂੰ ਜਾਣਾ ਹੀ ਨਹੀਂ ਚਾਹੀਦਾ ਸੀ ਪਹਿਲੀ ਗੱਲ ਇਹ ਜਦੋਂ ਜਦੋਂ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਔਰ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਇਹੀ ਤਾਂ ਫਰਕ ਹੈ ਦੇਖੋ ਆ ਕੇ ਬਾਹਰ ਆ ਕੇ ਕਮ ਸੇ ਕਮ ਕੈਮਰਾ ਦੇ ਸਾਹਮਣੇ ਆਉਂਦੇ ਔਰ ਗੱਜ ਵੱਜ ਕੇ ਬੋਲਦੇ ਕਿ ਕਿਹਨੇ ਸਾਰਾ ਕੁਝ ਕਰਵਾਇਆ ਆ ਹਾਲੇ ਤੱਕ ਵੀ ਉਹ ਨਹੀਂ ਬੋਲੇ ਤੁਸੀਂ ਕਹਿਣਾ ਸੀਗਾ ਵੀ ਇਹਨਾਂ ਨੇ ਦੰਗੇ ਹੋਰ ਭੜਕਾਤੇ ਹਾਲੇ ਤੱਕ ਅਸੀਂ ਬਾਰ ਬਾਰ ਮੰਗ ਕੀਤੀ ਹੈ ਸਿੰਗੜਾ ਸਾਹਿਬ ਅਸੀਂ ਨਹੀਂ ਤੁਹਾਡੇ ਕੋਲ ਬੋਲ ਰਹੇ ਹਾਂ ਕਿ ਕਿਹਨਾਂ ਨੇ ਦੰਗੇ ਕਰਵਾਏ ਆ ਨਹੀਂ ਉਹ ਕਹਿੰਦੇ ਬੋਲੇ ਹੁਣ ਤੱਕ ਨਹੀਂ ਅਸੀਂ ਬੋਲ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਹੀ ਹਾਂ ਕਲੀਅਰ ਕੱਟ ਬੋਲ ਰਹੇ ਹਾਂ ਮੁੱਖ ਮੰਤਰੀ ਕਾਹ ਨਹੀਂ ਬੋਲ ਰਹੇ ਉਹਨਾਂ ਨੇ ਤਾਂ ਉਹ ਤੋਂ ਪਹਿਲਾਂ ਦਾ ਹੀ ਤੁਸੀਂ ਉਹਨਾਂ ਦੀ ਵੀਡੀਓ ਕੱਢ ਲਓ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਸੋ ਮਾਮਲਾ ਇਹ ਆ ਸੋ ਮਾਮਲਾ ਇਹ ਆ ਸੋ ਮਾਮਲਾ ਇਹ ਆਈਟਨਰੀ ਨਾ ਬਣਾਓ ਤੁਸੀਂ ਵੀ ਇਸ ਵੇਲੇ ਕੇਜਰੀਵਾਲ ਇੱਥੇ ਸੀ ਇਸ ਵੇਲੇ ਇੱਥੇ ਸੀ ਨਾਲ ਮੈਂ ਜਾਣਾ ਨਹੀਂ ਸੀ ਚਾਹੀਦਾ ਇਹ ਵੀ ਹੈਗੇ ਸੀ ਜਿੱਥੇ ਵੀ ਹੈਗੇ ਸੀ ਉੱਥੇ ਬੋਲਣ ਤਾਂ ਸਹੀ ਬਾਹਰ ਆ ਕੇ ਉਹਨਾਂ ਦੇ ਖਿਲਾਫ ਕਿ ਦੰਗੇ ਫਲਾਣੇ ਬੰਦੇ ਨੇ ਕਰਵਾਏ ਆ ਇਹ ਤੁਹਾਡੇ ਪਹਿਲਾਂ ਦੰਗਿਆਂ ਨੂੰ ਕੰਟਰੋਲ ਕਰਨ ਦਾ ਮਸਲਾ ਸੀਗਾ ਅਸੀਂ ਬਾਰ ਬਾਰ ਜਿਹੜਾ ਆ ਕਹਿੰਦੇ ਰਹੇ ਵੀ ਆਰਮੀ ਬੁਲਾਈ ਜਾਵੇ ਹੁਣ ਤੇ ਹੱਦਾਂ ਦੇ ਮੈਨੂੰ ਬੋਲਣ ਦੀ ਜ਼ਰੂਰਤ ਸੀ ਨਾ ਮਨਦੀਪ ਜੀ ਮੈਨੂੰ ਗੱਲ ਵੀ ਕਰਨ ਦਿਓ ਤੁਸੀਂ ਬਹੁਤ ਗੱਲ ਕਰ ਲਈ ਸੀ ਨਹੀਂ ਨਹੀਂ ਮੈਂ ਇਹੀ ਕਹਿੰਦਾ ਵੀ ਇਹ ਅਸੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਵੀ ਮੀਟਿੰਗ 'ਚ ਜਾਣਾ ਨਹੀਂ ਚਾਹੀਦਾ ਜੇ ਕੋਈ ਵੀ ਮੀਟਿੰਗ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਵੱਲੋਂ ਬੁਲਾਈ ਜਾਂਦੀ ਆ ਵੀ ਕਿੱਦਾਂ ਇਹਦੀ ਸਟ੍ਰੈਟਜੀ ਬਣਾਉਣ ਲਈ ਤਾਂ ਉੱਥੇ ਓਨੈਸਟਲੀ ਪਾਰਟੀਸਪੇਟ ਕਰਨਾ ਚਾਹੀਦਾ ਅਸੀਂ ਦਬਾਅ ਪਾਇਆ ਆ ਠੀਕ ਹੈ ਨਾ ਔਰ ਹਰ ਇੱਕ ਪਲੇਟਫਾਰਮ ਤੋਂ ਵਿਰੋਧ ਕੀਤਾ ਆ ਅੱਜ ਤੱਕ ਸਾਰੇ ਇੱਕ ਮਿੰਟ ਸਿਗੜਾ ਸੁਣ ਲਓ ਅੱਜ ਤੱਕ ਅਮਰਿੰਦਰ ਸਿੰਘ ਜੀ ਅੱਜ ਤੱਕ ਸਾਰੇ ਆਗੂ ਬਾਹਰ ਆ ਕੇ ਕੈਮਰੇ ਦੇ ਸਾਹਮਣੇ ਬੋਲ ਚੁੱਕੇ ਆ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਉੱਪਰ ਸਿੱਧਾ ਇਲਜ਼ਾਮ ਲਾ ਚੁੱਕੇ ਆ ਮਾਇਆਵਤੀ ਵੀ ਕੈਮਰਿਆਂ ਦੇ ਸਾਹਮਣੇ ਆ ਗਏ ਸੀ ਉਧਰੋਂ ਜਿਹੜਾ ਹੈਗਾ ਕਾਂਗਰਸ ਵੀ ਆ ਚੁੱਕੀ ਹੈ ਬਾਕੀ ਵੀ ਆ ਚੁੱਕੇ ਆ ਹਾਲੇ ਤੱਕ ਅਰਵਿੰਦ ਕੇਜਰੀਵਾਲ ਜੀ ਨਹੀਂ ਆਏ ਸੋ ਮੇਰਾ ਇਤਰਾਜ਼ ਜਾਇਜ਼ ਹੈ ਕਿ ਨਹੀਂ ਦੇਖੋ ਮਦਨਦੀਪ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਮਤਲਬ ਫਾਲਟ ਫਾਈਂਡਿੰਗ ਦੇ ਵੀ ਸਾਹਮਣੇ ਨਹੀਂ ਆਏ ਵੈਸੇ ਤਾਂ ਸਾਹਮਣੇ ਹੈਗੇ ਹੀ ਆ ਮਤਲਬ ਉਹ ਇਲਜ਼ਾਮਬਾਜ਼ੀ ਦੇ ਵਿੱਚ ਨਹੀਂ ਸਾਹਮਣੇ ਆਏ ਮੈਂ ਸਮਝਦਾ ਕਿ ਬਈ ਇੱਕ ਸਟੇਟ ਦਾ ਮੁੱਖ ਮੰਤਰੀ ਭਾਵੇਂ ਉਹਦੇ ਕੋਲ ਪੁਲਿਸਿੰਗ ਦੀ ਪਾਵਰ ਨਹੀਂ ਹੈ ਉਹਦੇ ਵਿਰੋਧੀਆਂ ਕੋਲ ਪੁਲਿਸਿੰਗ ਦੀ ਪਾਵਰ ਹੈ ਲੇਕਿਨ ਉਹਨਾਂ ਨੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਦਿੱਲੀ ਪੁਲਿਸ ਦੇ ਉੱਪਰ ਲਾਤਾ ਕਿ ਬਈ ਇਹ ਕਤਲੇਆਮ ਹੋ ਰਿਹਾ ਅਤੇ ਆਰਮੀ ਬੁਲਾਈ ਜਾਵੇ ਮੈਂ ਸਮਝਦਾ ਇਹ ਐਡੀ ਵੱਡੀ ਟਿੱਪਣੀ ਸੀ ਕਿ ਲੋਸ ਆਫ ਫੇਥ ਔਨ ਦਿੱਲੀ ਪੁਲਿਸ ਉਹਨਾਂ ਨੇ ਇੱਕ ਸੀਐਮ ਨੇ ਕਹਿਤਾ ਅਤੇ ਉਸ ਤੋਂ ਬਾਅਦ ਹੀ ਫਿਰ ਜਦੋਂ ਐਡੀ ਵੱਡੀ ਸਟੇਟਮੈਂਟ ਸੀਐਮ ਵੱਲੋਂ ਆ ਗਈ ਕਿ ਦਿੱਲੀ ਪੁਲਿਸ ਜਿਹੜੀ ਆ ਫੇਲ ਹੋ ਗਈ ਹੈ ਉਹ ਐਕਟ ਨਹੀਂ ਕਰ ਰਹੀ ਆਰਮੀ ਨੂੰ ਡਿਪਲੋਇ ਕਿਤੇ ਪਰ ਜਿਹਨੇ ਦੰਗੇ ਕਰਵਾਏ ਉਹਨਾਂ ਦਾ ਨਾਂ ਕਿਉਂ ਨਹੀਂ ਦੇਖੋ ਉਹਨਾਂ ਆਪੇ ਆ ਗਿਆ ਦਿੱਲੀ ਪੁਲਿਸ ਹੈ ਹੀ ਉਹਨਾਂ ਥੱਲੇ ਆ ਨਹੀਂ ਦੇਖੋ ਨਹੀਂ ਮੈਂ ਇਹਨਾਂ ਨਾਲ ਥੋੜਾ ਸਹਿਮਤ ਹੈਗਾ ਇਸ ਗੱਲ ਤੇ ਕਿ ਉਹ ਸਮਾਂ ਆਏਗਾ ਜੇਕਰ ਉਹ ਹਫਤੇ ਬਾਅਦ ਵੀ ਨਹੀਂ ਬੋਲਦੇ ਕਿਉਂਕਿ ਇਸ ਸਮੇਂ ਜੇ ਉਹ ਬੋਲ ਜਾਂਦੇ ਆ ਤੇ ਉਹ ਜਿਹੜਾ ਦੰਗਾ ਹੋਰ ਫਲੇਅਰ ਅਪ ਹੋਏਗਾ ਠੀਕ ਹੈ ਕਿਉਂਕਿ ਉਹ ਇਸ ਸਮੇਂ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਲੇਕਿਨ ਜਿਹੜਾ ਅਜੀਤ ਡੋਵਾਲ ਦਾ ਉੱਥੇ ਜਾਣਾ ਔਰ ਇਹ ਸਾਰਾ ਕੁਝ ਹੈ ਉਹ ਕੇਜਰੀਵਾਲ ਦੀ ਸਟੇਟਮੈਂਟ ਤੋਂ ਬਾਅਦ ਹੀ ਹੋਇਆ ਨਹੀਂ ਤੇ ਉਹ ਤੁਸੀਂ ਕਹਿ ਹੀ ਰਹੇ ਹੋ ਅੰਦਰ ਬੈਠੇ ਹੱਸ ਰਹੇ ਹੋ ਤਾਂ
ਉਹ ਹੱਸ ਇਸ ਕਰਕੇ ਰਹੇ ਹਾਂ ਕਿ ਅਸੀਂ ਮਤਲਬ ਜੋ ਅਸੀਂ ਔਰਗਨਾਈਜ਼ ਕੀਤਾ ਜਿਸ ਔਰਕੈਸਟਰਾ ਜਿਹੜਾ ਸਾਡਾ ਚੱਲ ਰਿਹਾ ਉਹ ਸਹੀ ਚੱਲ ਰਿਹਾ, ਸੋ ਉਹਦੀ ਜਿਹੜੀ ਡਵਾਲ ਦੀ ਲੈਂਗੁਏਜ ਹੈ ਨਾ ਉਹ ਵੀ ਕੋਈ ਇੰਨੀ ਨਹੀਂ ਹੈ, ਸਿੰਪਥੈਟਿਕ ਨਹੀਂ ਹੈ ਉਹ ਬਿਲਕੁਲ, ਜਿਹੜਾ ਉਹਦੀਆਂ ਵੀਡੀਓਜ਼ ਆ ਰਹੀਆਂ ਕਿ ਬਈ ਉਹ ਪਬਲਿਕ ਦੇ ਨਾਲ ਸਿੰਪਥੀ ਸ਼ੋਅ ਕਰ ਰਿਹਾ ਹੋਵੇ, ਐਸਾ ਕੁਛ ਨਹੀਂ ਹੈ, ਉਹਦੀ ਬੋਡੀ ਲੈਂਗੁਏਜ ਬੜੀ ਰਫ ਹੈ ਅਤੇ ਉਹ ਇਹ ਸ਼ੋਅ ਕਰ ਰਿਹਾ ਕਿ ਬਈ ਅਸੀਂ ਪੂਰੀ ਕਮਾਂਡ ਦੇ ਵਿੱਚ ਹੈਗੇ ਹੈ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਿਵੇਂ ਮਤਲਬ ਇਹਨੂੰ ਲੋਕ ਇੰਟਰਪ੍ਰੇਟ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਹਕੀਕਤ ਇਹ ਹੈ ਕਿ ਕੱਲ੍ਹ ਰਾਤ ਤੱਕ ਜਿਹੜਾ ਉੱਥੇ ਰਾਇਟਿੰਗ ਕੰਟਰੋਲ ਨਹੀਂ ਹੋਈ ਅਤੇ ਕੱਲ੍ਹ ਰਾਤ ਵੀ 4 ਬੰਦਿਆਂ ਦਾ ਕਤਲ ਉੱਥੇ ਕੀਤਾ ਗਿਆ, ਸੋ ਚੌਥੇ 5ਵੇਂ ਦਿਨ ਤੱਕ ਮਤਲਬ ਜੇ ਸਿਸਟਮ ਚੱਲ ਰਿਹਾ ਹੈ ਅਤੇ ਗੌਰਮੈਂਟ ਉਹਨੂੰ ਮੈਨੇਜ ਨਹੀਂ ਕਰ ਪਾ ਰਹੀ ਜਾਂ ਉਹਨੂੰ ਇੰਸਟੀਗੇਟ ਕਰ ਰਹੀ ਹੈ ਜੇ ਆਪਾਂ ਦੂਸਰੇ ਪਾਸੇ ਨੂੰ ਕਹੀਏ, ਤਾਂ ਉਹ ਕੀ ਸੋਚ ਰਹੇ ਹੈ, ਇਹ ਹੈ ਮੇਨ ਚੀਜ਼ ਵੀ ਉਹ ਆਖਰ ਦਿੱਲੀ ਦੀ ਸਰਕਾਰ ਕੀ ਸੋਚ ਰਹੀ ਹੈ, ਕਿਉਂ ਕਰਵਾ ਰਹੀ ਹੈ ਇਹ। ਪਟੀ ਸਾਹਿਬ ਕਿਉਂ, ਦੂਜੀ ਗੱਲ ਮੈਂ ਕਰਾਂਗਾ ਕਿ FIR ਜਿਹੜੀਆਂ ਲਿਖੀਆਂ ਗਈਆਂ ਉਹ 5ਵੇਂ ਦਿਨ ਜਾ ਕੇ 4ਵੇਂ ਦਿਨ ਜਾ ਕੇ FIR ਲਿਖੀਆਂ ਗਈਆਂ, ਪਰ ਉਹ ਜਿਹੜੇ 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 ਜਸਟਿਸ ਜਿਹੜਾ ਜਸਟਿਸ ਮੁਰਲੀਧਰ ਦਾ ਕਹਿਣਾ ਸੀ ਕਿ ਜਿਹਨਾਂ ਨੇ ਹਿੱਟ ਸਪੀਚ ਕੀਤੀ ਉਹਨਾਂ ਦੇ ਖਿਲਾਫ FIR ਕਰੋ, ਉਹਨਾਂ ਦੇ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ, ਉਹ ਤਾਂ ਉਹਨਾਂ ਨੇ ਜੱਜ ਨੂੰ ਹੀ ਭਜਾਤਾ, ਜੱਜ ਨੂੰ ਵੀ ਬਦਲਤਾ ਜੀ, ਜੱਜ ਨੂੰ ਕਹਿਤਾ ਕਿ ਤੂੰ ਚੱਲ ਤੂੰ ਇੱਥੇ ਕਾਬਲ ਨਹੀਂ ਹੈ ਦਿੱਲੀ 'ਚ ਰਹਿਣ ਦੇ। ਉਸ ਤੋਂ ਇਲਾਵਾ ਵੀ ਇੱਕ ਹੋਰ ਚੀਜ਼ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਜਦੋਂ ਬੈਂਚ ਦੀ ਹੀਅਰਿੰਗ ਚੱਲ ਰਹੀ ਹੈ ਅਤੇ ਜਿਹੜਾ ਅਟਾਰਨੀ ਜਨਰਲ ਹੈ ਉਹ ਜੱਜਿਸ ਨੂੰ ਕਹਿ ਰਿਹਾ ਡੋਂਟ ਮੇਕ ਕਮੈਂਟ ਸਰ, ਅਤੇ ਜਦੋਂ ਇੱਕ ਵਕੀਲ ਜੱਜ ਨੂੰ ਬੈਂਚ ਨੂੰ ਕਹਿ ਦਿਆ ਸਰ ਡੋਂਟ ਮੇਕ ਕਮੈਂਟਸ, ਤਾਂ ਉਹ ਤੁਸੀਂ ਆਪਣੇ ਆਪ ਸਮਝ ਸਕਦੇ ਹੋ ਕਿ ਉਹਦੇ 'ਚ ਕਿੰਨਾ ਹੌਸਲਾ ਹੋਏਗਾ ਉਸ ਵਕੀਲ ਦੇ ਵਿੱਚ, ਕਿੰਨੀ ਉਹਦੇ ਪਿੱਛੇ ਤਾਕਤ ਖੜੀ ਹੋਏਗੀ, ਅਤੇ ਸੁਪਰੀਮ ਕੋਰਟ ਵੀ ਉਹਦੇ ਤੋਂ ਚੁੱਪ ਹੋ ਗਈ ਹੈ, ਉਹ ਕਮੈਂਟ ਕਰਨਾ ਬੰਦ ਕਰਤਾ। ਇੱਕ ਲਾਈਨ ਮੈਂ ਕਹਿਣੀ ਚਾਹੁੰਦਾ ਮਦਨਦੀਪ ਜੀ, ਅਸੀਂ ਤਾਂ ਪਹਿਲਾਂ ਤੋਂ ਹੀ ਵਾਰਨ ਕਰ ਰਹੇ ਹਾਂ ਵੀ ਜਿਹੜੇ ਸੰਵਿਧਾਨਕ ਇੰਸਟੀਚਿਊਟਸ ਨੇ ਨਾ, ਚਾਹੇ ਉਹ ਚੋਣ ਕਮਿਸ਼ਨ ਹੈ, ਚਾਹੇ ਸੁਪਰੀਮ ਕੋਰਟ ਲਾਅ ਦੀ ਜਸਟਿਸ ਦੀ ਸਭ ਤੋਂ ਉੱਚੀ ਅਥਾਰਟੀ ਹੈ, ਜਾਂ ਹੋਰ ਜਿਹੜੇ ਵੀ ਇਸ ਤਰ੍ਹਾਂ ਦੇ ਇੰਸਟੀਚਿਊਟਸ ਨੇ, ਜਿਸ ਤਰ੍ਹਾਂ ਰਿਜ਼ਰਵ ਬੈਂਕ ਵੀ ਹੈ, ਸਾਰੇ ਗੱਲ ਮੈਂ ਤੋਰਨੀ ਚਾਹੂੰਗਾ। ਪੱਟੀ ਸਾਹਿਬ ਜਿਹੜੇ ਵਕੀਲ ਦੀ ਗੱਲ ਕਰ ਰਹੇ ਆ, ਜਿਸ ਤਰ੍ਹਾਂ ਵਕੀਲ ਨੇ ਉੱਥੇ ਟਿੱਪਣੀਆਂ ਕੀਤੀਆਂ ਜੱਜਾਂ ਦੇ ਖਿਲਾਫ਼, ਇਹ ਤੁਹਾਨੂੰ ਕੀ ਲੱਗਦਾ ਹੈ ਉਹ ਵਕੀਲ ਕੌਣ ਸੀ, ਕਿਹਦਾ ਉਹ ਕੀ ਉਹਦੇ ਦਿਮਾਗ 'ਚ ਵੀ ਸਾਰਾ ਕੁਝ ਉਹੀ ਭਰਿਆ ਹੋਇਆ ਸੀ? ਗਵਰਨਮੈਂਟ ਆਫ ਇੰਡੀਆ ਦਾ ਅਟਾਰਨੀ ਜਨਰਲ ਹੈ, ਅਟਾਰਨੀ ਜਨਰਲ ਹੈ। ਅਗਰ ਇਹ ਕਿਹਾ ਜਾਏ ਗਵਰਨਮੈਂਟ ਆਫ ਇੰਡੀਆ ਦਾ ਵਕੀਲ ਗਵਰਨਮੈਂਟ ਆਫ ਇੰਡੀਆ ਨੂੰ ਰਿਪ੍ਰੈਜ਼ੈਂਟ ਕਰਨ ਗਿਆ, ਔਰ ਉੱਥੇ ਕਿਹੜੇ ਵਕੀਲ ਲੱਗੇ ਹੋਏ ਨੇ? ਡੈਫੀਨੇਟਲੀ ਉਹ ਵਕੀਲ ਲੱਗੇ ਹੋਏ ਨੇ ਜਿਨ੍ਹਾਂ ਦਾ RSS ਨਾਲ ਤਲਕ ਸੀ ਔਰ ਜਿਨ੍ਹਾਂ ਦਾ BJP ਨਾਲ ਤਲਕ ਰਿਹਾ। ਕੋਈ ਵੀ ਪਾਰਟੀ ਜਦੋਂ ਪਾਵਰ 'ਚ ਆਉਂਦੀ ਹੈ ਉਹ ਆਪਣੇ ਵਕੀਲਾਂ ਨੂੰ, ਜਿਨ੍ਹਾਂ ਨੇ ਉਹਨਾਂ ਲਈ ਕੁਛ ਕੀਤਾ ਹੁੰਦਾ, ਉਹਨਾਂ ਨੂੰ ਲਗਾਇਆ ਜਾਂਦਾ। ਲੇਕਿਨ ਚੀਜ਼ ਇਹ ਹੈ ਉਹ ਵਕੀਲ ਜਿਹੜੇ ਹੁੰਦੇ ਨੇ ਸੈਕੂਲਰ ਨਾ ਹੋ ਕੇ, ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਪਾਰਟੀ ਲੀਆਂ ਤੋਂ ਥੱਲੇ ਨਹੀਂ ਜਾਣਾ, ਵਿਚਾਰਧਾਰਾ ਤੋਂ ਥੱਲੇ ਨਹੀਂ ਜਾਣਾ। ਇਸ ਵਜ੍ਹਾ ਕਰਕੇ ਉਹਨਾਂ ਨੂੰ ਇਹ ਗੱਲ ਕਹਿਣੀ ਪਈ, ਕਿਉਂਕਿ ਉਹ ਇੱਕ, ਜੇ ਇਹ ਕਿਹਾ ਜਾਏ ਵੀ ਉਹ ਬੌਂਡਿਡ ਲੇਬਰ ਨੇ ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ। ਜੇ ਉਹ ਇਸ ਨਿਰਦੇਸ਼ ਜਾਂ ਜਥਾ ਨਿਰਦੇਸ਼ ਨੂੰ ਨਹੀਂ ਮੰਨਦੇ ਤਾਂ ਉਹਨਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਚਲਦਾ ਕੀਤਾ ਜਾ ਸਕਦਾ, ਪਹਿਲੀ ਚੀਜ਼। ਦੂਜੀ ਚੀਜ਼ ਇਹ ਹੈ ਜੇ ਦੇਖਿਆ ਜਾਏ ਸਾਰਾ ਸੀਨਰੀਓ ਮੁਰਲੀਧਰ ਜੀ ਦਾ ਜਿਹੜਾ ਪੰਜਾਬ ਦੇ ਵਿੱਚ ਆਉਣਾ, ਅਸੀਂ ਪੰਜਾਬ ਦੇ ਲੋਕ ਸਵਾਗਤ ਕਰਦੇ ਹਾਂ, ਸਾਨੂੰ ਇਹੋ ਜਿਹਾ ਦਲੇਰ ਜੱਜ ਮਿਲਿਆ, ਲੇਕਿਨ ਇਹ ਇੱਕ ਦਿੱਲੀ ਦੇ ਲਈ ਅਤੇ ਆਪਣਾ ਜਿਹੜੀ ਸਰਕਾਰ ਹੈ ਉਹਦੇ ਮੂੰਹ ਦੇ ਉੱਤੇ ਆਪਣੇ ਆਪ ਦੇ ਉੱਤੇ ਇੱਕ ਬੜਾ ਵੱਡਾ ਥਪੇੜ ਹੈ, ਜਿਹਦੇ ਵਿੱਚ ਜੇ ਅਸੀਂ ਇਹ ਕਹੀਏ ਵੀ ਉਹਨਾਂ ਨੇ ਇਹੋ ਜਿਹੀ ਗੱਲ ਕਰਕੇ ਦੂਜੇ ਜੱਜਾਂ ਨੂੰ ਚੇਤਾਵਨੀ ਦਿੱਤੀ ਹੈ ਜੇ ਤੁਸੀਂ ਨਹੀਂ ਮੰਨੋਗੇ ਗੱਲ, ਇੰਪੀਚਮੈਂਟ ਤਾਂ ਤੁਹਾਡੀ ਹੋ ਨਹੀਂ ਸਕਦੀ, ਡਿਸਮਿਸ ਅਸੀਂ ਤੁਹਾਨੂੰ ਕਰ ਨਹੀਂ ਸਕਦੇ, ਲੇਕਿਨ ਟ੍ਰਾਂਸਫਰ ਤਾਂ ਕਰ ਸਕਦੇ ਹਾਂ ਨਾ। ਇਹੋ ਜਿਹੇ ਕਰਮ ਅਤੇ ਘਟਨਾਕ੍ਰਮ ਹੁੰਦੇ ਰਹੇ ਨੇ। ਅਗਰ ਜੇ ਇਹ ਦੇਖਿਆ ਜਾਏ ਯੋਗੀ ਆਦਿੱਤ ਨਾਥ ਜਿਹਨੇ ਹੇਟ ਸਪੀਚ ਦਿੱਤੀ ਸੀ, ਜਿਹਨੂੰ ਜਿਸ ਜੱਜ ਨੇ ਉਹਨੂੰ ਕਲੀਨ ਚਿੱਟ ਦੇ ਕੇ ਬਰੀ ਕੀਤਾ ਸੀਗਾ, ਇਲਾਹਾਬਾਦ ਹਾਈ ਕੋਰਟ ਦਾ ਜੱਜ ਹੁੰਦਿਆਂ ਹੋਇਆ, ਉਹਨੂੰ 3 ਜੱਜਾਂ ਜਾਂ 4 ਜੱਜਾਂ ਨੂੰ ਸੁਪਰਸੀਡ ਕਰਾ ਕੇ ਉਸ ਨੂੰ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਬਣਾਇਆ ਗਿਆ, ਉਸ ਤੋਂ ਬਾਅਦ ਉਹਨੂੰ ਸਿੱਧੀ ਐਂਟਰੀ ਦਿੱਲੀ ਸੁਪਰੀਮ ਕੋਰਟ ਵਿੱਚ ਦਿੱਤੀ ਗਈ। ਫਾਲਤੂ ਪੋਸਟਾਂ ਕ੍ਰੀਏਟ ਕਰਕੇ, ਸੁਪਰੀਮ ਕੋਰਟ ਦੇ ਜੱਜਾਂ ਦੀਆਂ ਫਾਲਤੂ ਪੋਸਟਾਂ ਕ੍ਰੀਏਟ ਹੋਈਆਂ, ਦੇਸ਼ ਦੇਖਦਾ ਰਹਿ ਗਿਆ। ਅਸੀਂ ਇੱਕ ਲਾਚਾਰ ਲੋਕਾਂ ਵਾਂਗੂ ਦੇਖਦੇ ਹਾਂ ਕਿ ਸਿਸਟਮ ਦੀਆਂ ਧੱਜੀਆਂ ਕਿਵੇਂ ਉੱਡ ਰਹੀਆਂ। ਅਗਰ ਜੇ ਇਹ ਕਿਹਾ ਜਾਏ ਕੋਈ ਮਾਂ ਜਿਹੜੀ ਹੈ ਇਹਦੇ 'ਚ ਨਾ, ਅਸੀਂ ਭੱਟੀ ਸਾਹਿਬ ਅੱਗੇ ਜਾ ਕੇ ਬ੍ਰੇਕ ਦਾ ਸਮਾਂ ਆ, ਅੱਗੇ ਜਾ ਕੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਉੱਥੇ ਜਿਹੜਾ ਪੁਲਿਸ ਦੀ ਇੱਕ ਜਿਹੜੀ ਬੜੀ ਮੁੱਖ ਭੂਮਿਕਾ ਨਿਭਾ ਰਹੇ ਆ ਰੰਧਾਵਾ, ਜਿਹੜੇ ਪੁਲਿਸ ਅਫਸਰ ਹੈਗੇ ਆ ਉਹ ਸਿੱਖ ਨੇ, ਉੱਥੇ ਇੱਕ ਸਿੱਖ ਪੁਲਿਸ ਅਫਸਰ ਨੂੰ ਅੱਗੇ ਲਾ ਕੇ ਅਤੇ ਉਹਦੇ ਹੱਥ ਬੰਨ੍ਹ ਕੇ ਅਤੇ ਕਿਤੇ ਨਾ ਕਿਤੇ ਪੱਗ ਦੇ ਉੱਤੇ ਵੀ ਜਿਹੜਾ ਹੈਗਾ ਉਹ ਕੁਐਸਚਨ ਮਾਰਕ ਲਾਇਆ ਜਾ ਰਿਹਾ ਆ। ਇਹ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੈਗੀਆਂ, ਇਹਨਾਂ ਸਾਜ਼ਿਸ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਆ, ਇਹ ਵੀ ਇੱਕ ਮਾਮਲਾ ਹੈ ਜਿਹਦੇ 'ਤੇ ਵਿਚਾਰ ਕਰਨੀ ਬਣਦੀ ਹੈ। ਹਾਲਾਂਕਿ ਕਹਿਣ ਵਾਲੇ ਸ਼ਾਇਦ ਬਹੁਤ ਕੁਝ ਕਹਿਣਗੇ, ਔਰ ਇਸ ਮੇਰੀ ਇਸ ਗੱਲ ਨੂੰ ਜਿਹੜਾ ਹੈਗਾ ਇਹ ਵੀ ਇੱਕ ਪਾਸੜ ਲਿਆ ਜਾ ਸਕਦਾ, ਪਰ ਇਹ ਵੀ ਸੱਚੀ ਗੱਲ ਹੈਗੀ ਹੈ ਜਿਵੇਂ ਕਿ ਸੰਘੀੜਾ ਸਾਹਿਬ ਨੇ ਕਿਹਾ
ਕਿ ਸਿੱਖ ਤਾਂ ਜਿਹੜੇ ਹੈਗੇ ਆ ਉਹ ਹਮੇਸ਼ਾ ਜਿਹੜੇ ਪੀੜਤ ਹੁੰਦੇ ਆ ਉਹਨਾਂ ਦੇ ਨਾਲ ਖੜ੍ਹਦੇ ਆ ਜਾ ਕੇ। ਇਹਨਾਂ ਪੁਲਿਸ ਅਫਸਰਾਂ ਦੀ ਅਸੀਂ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਪਰ ਹੁਣ ਜਿਹੜੇ ਪੁਲਿਸ ਅਫਸਰਾਂ ਦੇ ਹੱਥ ਹੀ ਬੰਨ੍ਹ ਦਿੱਤੇ ਕੇਂਦਰ ਸਰਕਾਰ ਨੇ, ਕਿਹਾ ਕਿ ਤੁਸੀਂ ਉੱਥੇ ਜਾਣਾ ਹੀ ਨਹੀਂ ਮੌਕੇ ਦੇ ਉੱਪਰ, ਉਹ ਕਿਵੇਂ ਜਾ ਸਕਦੇ ਆ? ਸੋ ਬਣੇ ਰਹੋ, ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਤੁਰੰਤ ਹਾਜ਼ਰ ਹੁੰਦੇ ਹਾਂ।